पहली इलेक्शन जिहड़ी आ ਉਹ 1991 ਜੂਨ 1991 ਵਿੱਚ ਮੈਂ ਲੜੀ ਔਰ ਉਸ ਵੇਲੇ ਉਹ ਇਲੈਕਸ਼ਨ ਪੋਸਟਪੋਨ ਹੋ ਗਈ। ਉਹ ਇਲੈਕਸ਼ਨ ਲੜਨਾ ਵੀ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਦੇ ਬਰਾਬਰ ਸੀ ਕਿਉਂਕਿ ਮਾਹੌਲ ਉਸ ਵੇਲੇ ਤੱਕ ਬੜਾ ਮਾੜਾ ਸੀ। 29 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ MP ਅਤੇ MLA ਦੇ ਉਮੀਦਵਾਰ ਗੋਲੀ ਦਾ ਨਿਸ਼ਾਨਾ ਹੋਏ। 29 ਉਮੀਦਵਾਰ ਸਾਡੇ ਮਾਰੇ ਗਏ ਲੇਕਿਨ 24 ਘੰਟੇ ਇਲੈਕਸ਼ਨ ਵਿੱਚ ਰਹਿੰਦੇ ਸਨ। ਉਸ ਵੇਲੇ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਣ ਰਹੀ ਸੀ ਅਤੇ ਕੇਂਦਰ ਸਰਕਾਰ ਨੇ ਉਹ ਇਲੈਕਸ਼ਨ ਪੋਸਟਪੋਨ ਕਰ ਦਿੱਤੀ। ਉਹ ਇਲੈਕਸ਼ਨ ਪੋਸਟਪੋਨ ਹੋ ਗਈ, ਉਹ ਸਭ ਕੁਛ ਉਸੇ ਤਰ੍ਹਾਂ ਧਰਿਆ ਧਰਾਇਆ ਰਹਿ ਗਿਆ। ਫਿਰ 1992 ਵਿੱਚ ਇਲੈਕਸ਼ਨ ਡਿਕਲੇਅਰ ਹੋਈ ਅਤੇ ਫਿਰ ਬਾਦਲ ਸਾਹਿਬ ਕਹਿਣ ਲੱਗੇ ਕਿ ਮੇਰੇ 29 ਸਾਥੀ ਅੱਗੇ ਇਲੈਕਸ਼ਨ ਲੜਦੇ ਜਿਹੜੇ ਨੇ ਉਹ ਮਾਰੇ ਗਏ। ਮੈਂ 1992 'ਚ ਹੁਣ ਇਲੈਕਸ਼ਨ ਨਹੀਂ ਲੜਨੀ, ਅਸੀਂ ਬਾਈਕਾਟ ਕਰਾਂਗੇ ਕਿ ਉਸ ਵੇਲੇ ਕਿਉਂ ਇਲੈਕਸ਼ਨ ਜਿਹੜੀ ਆ ਪੋਸਟਪੋਨ ਕੀਤੀ ਗਈ। ਮੇਰਾ ਮਨ ਸੀ ਕਿ ਸਾਨੂੰ ਇਲੈਕਸ਼ਨ ਦਾ ਬਾਈਕਾਟ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਕੋਈ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਲੋਕ ਇਲੈਕਸ਼ਨ ਨਹੀਂ ਲੜਦੇ ਤਾਂ ਹੋਰ ਉਹਨਾਂ ਕੋਲ ਕੋਈ ਕਾਰਜ ਬਾਕੀ ਰਹਿ ਨਹੀਂ ਜਾਂਦਾ। ਅਤੇ ਮੈਨੂੰ ਯਾਦ ਆ ਕਿ ਸਰਦਾਰ ਸੁਖਜਿੰਦਰ ਸਿੰਘ ਹੋਣੀ ਵੀ ਇਸ ਗੱਲ 'ਤੇ ਦ੍ਰਿੜ ਸਨ ਕਿ ਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ। ਅਸਾਂ ਦੋਵਾਂ ਜਣਿਆਂ ਨੇ ਅਕਾਲੀ ਦਲ ਵਿੱਚ ਇਸ ਗੱਲ ਦਾ ਸਟੈਂਡ ਲਿਆ ਕਿ ਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ। ਲੇਕਿਨ ਬਾਦਲ ਸਾਹਿਬ ਇਸ ਗੱਲ ਲਈ ਬਜਿੱਦ ਸਨ ਕਿ ਮੈਂ ਅੱਗੇ ਆਪਣੇ 29 ਸਾਥੀ ਜਿਹੜੇ ਨੇ ਉਹਨਾਂ ਨੂੰ ਗੁਆ ਚੁੱਕਾ ਅਤੇ ਮੈਂ ਹੋਰ ਹੁਣ ਪਾਰਟੀ ਦਾ ਜਾਂ ਆਪਣੇ ਸਾਥੀਆਂ ਦਾ ਨੁਕਸਾਨ ਨਹੀਂ ਹੋਣ ਦੇਣਾ, ਅਸੀਂ ਬਾਈਕਾਟ ਕਰਨਾ ਅਤੇ ਇਲੈਕਸ਼ਨ ਦਾ ਬਾਈਕਾਟ ਕਰ ਦਿੱਤਾ। ਮੈਨੂੰ ਸਰਦਾਰ ਸੁਖਜਿੰਦਰ ਸਿੰਘ ਹੋਣਾ ਨੇ ਬੁਲਾਇਆ ਅਤੇ ਇੱਥੋਂ ਤੱਕ ਵੀ ਕਿਹਾ ਕਿ ਆਪਾਂ ਵੱਖਰਾ ਧੜਾ ਬਣਾ ਕੇ ਇਲੈਕਸ਼ਨ ਲੜ ਲਈਏ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ, ਇਹ ਸੰਭਵ ਨਹੀਂ। ਉਸ ਵੇਲੇ ਦੇ ਹਾਲਾਤਾਂ ਮੁਤਾਬਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਤੋਂ ਬਿਨਾਂ ਕੋਈ ਵੀ ਹੋਰ ਗਰੁੱਪ ਅਕਾਲੀ ਦਲ ਦਾ ਇਲੈਕਸ਼ਨ ਲੜ ਕੇ ਕਾਮਯਾਬ ਨਹੀਂ ਹੋ ਸਕਦਾ, ਇਸ ਕਰਕੇ ਇਹ ਸੰਭਵ ਨਹੀਂ। ਫੈਸਲਾ ਭਾਵੇਂ ਸਾਡੇ ਮੰਨਣ ਵਾਲਾ ਨਹੀਂ ਲੇਕਿਨ ਫਿਰ ਵੀ ਪਾਰਟੀ ਦਾ ਫੈਸਲਾ ਆ, ਅਸੀਂ ਭਾਵੇਂ ਸਹਿਮਤ ਨਹੀਂ ਲੇਕਿਨ ਪਾਰਟੀ ਦਾ ਫੈਸਲਾ ਮੰਨਣਾ, ਹੁਣ ਬਾਈਕਾਟ ਹੀ ਕਰਨਾ ਠੀਕ ਰਹੇਗਾ। ਚਲੋ ਉਹ ਵੀ ਮੇਰੀ ਗੱਲ ਨਾਲ ਆਪਣੇ ਸਹਿਮਤ ਹੋ ਗਏ, ਅਸੀਂ ਬਾਈਕਾਟ ਕਰ ਦਿੱਤਾ। ਇਲੈਕਸ਼ਨ ਹੋਈ, ਬਹੁਤ ਥੋੜ੍ਹੀਆਂ ਥੋੜ੍ਹੀਆਂ 300 ਕਿੰਨੀਆਂ 500 ਕਿੰਨੀਆਂ ਵੋਟਾਂ ਪੈ ਕੇ ਇੱਕ ਮੈਂਬਰ ਪੰਚਾਇਤ ਜਿੰਨੀਆਂ ਵੋਟਾਂ ਪੈ ਕੇ MLA ਬਣ ਗਏ। ਲੋਕਾਂ ਨੇ ਵੀ ਬਾਈਕਾਟ ਕੀਤਾ ਲੇਕਿਨ ਪੁਲਿਸ ਨੇ ਅਤੇ ਆਰਮੀ ਨੇ ਜ਼ੋਰ ਨਾਲ ਵੋਟਾਂ ਪਵਾ ਕੇ ਲੋਕਾਂ ਕੋਲ ਅਤੇ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਜਿਹੜੀ ਆ ਉਹ ਬਣਾ ਦਿੱਤੀ। ਸਰਦਾਰ ਬੇਅੰਤ ਸਿੰਘ ਦੀ ਸਰਕਾਰ ਬਣਨ ਨਾਲ ਇੰਝ ਸੀ ਕਿ ਇਹ ਸਰਕਾਰ ਚੱਲੇਗੀ ਕਿਵੇਂ ਇੰਨੀਆਂ ਥੋੜ੍ਹੀਆਂ ਵੋਟਾਂ ਨਾਲ ਪੈ ਕੇ। ਸਾਡਾ ਮਨ ਹੀ ਨਹੀਂ ਸੀ ਮੰਨਦਾ ਕਿ ਇਹ ਸਰਕਾਰ ਜਿਹੜੀ ਆ ਇਹ ਚੱਲ ਸਕਦੀ ਹੈ, ਲੇਕਿਨ ਉਹ ਸਰਕਾਰ 5 ਸਾਲ ਚੱਲੀ ਔਰ ਜਿਸ ਢੰਗ ਨਾਲ ਉਹਨਾਂ ਨੇ ਅਫਸਰਸ਼ਾਹੀ ਨੂੰ ਖਾਸ ਕਰਕੇ ਪੁਲਿਸ ਨੂੰ ਪਾਵਰਾਂ ਦਿੱਤੀਆਂ, ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ 1982 ਤੋਂ ਲੈ ਕੇ ਅਤੇ 1993-94 ਤੱਕ ਜੋ ਕੁਝ ਪੰਜਾਬ ਵਿੱਚ ਵਾਪਰਿਆ ਉਹਦੇ ਨਾਲ ਸਾਡੀ ਜਵਾਨੀ, ਉਹ ਅਣਖੀਲੇ ਮੁੰਡੇ ਨੌਜਵਾਨ ਜਿਹੜੇ ਕੁਝ ਕਰਨ ਦੀ ਸਮਰੱਥਾ ਰੱਖਦੇ ਸਨ ਅਸੀਂ ਉਹ ਵੀ ਗਵਾ ਲਏ। ਆਰਥਿਕ ਤੌਰ 'ਤੇ ਪੰਜਾਬ ਇੱਕ ਸਦੀ ਪਿੱਛੇ ਪੈ ਗਿਆ। ਜੋ ਨੁਕਸਾਨ ਕੌਮ ਦਾ ਇੰਨੇ ਅਰਸੇ ਦੇ ਦੌਰਾਨ ਹੋਇਆ ਮੇਰਾ ਖਿਆਲ ਉਹਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਅਤੇ ਮੈਂ ਸਮਝਣਾ ਇਹੀ ਕਾਰਨ ਆ ਕਿ ਅੱਜ ਪੰਜਾਬ ਦਾ ਨੌਜਵਾਨ ਐਜੂਕੇਸ਼ਨ ਦੇ ਪੱਖ ਤੋਂ ਵੀ ਬਹੁਤ ਨੀਵੇਂ ਪੱਧਰ 'ਤੇ ਆ ਗਿਆ। ਅੱਜ ਕਿਸਾਨੀ ਦੀ ਇਹ ਸਥਿਤੀ ਬਣ ਗਈ ਕਿ ਕਿਸਾਨ ਖੁਦਕੁਸ਼ੀਆਂ ਕਰਨ ਲੱਗ ਪਿਆ, ਪੰਜਾਬ ਆਰਥਿਕ ਤੌਰ 'ਤੇ ਬਹੁਤ ਪਛੜ ਗਿਆ, ਹਰ ਪੱਖ ਤੋਂ ਪਛੜ ਗਿਆ। ਔਰ ਮੈਂ ਸਮਝਣਾ ਕਿ ਇਹਦਾ ਮੁੱਖ ਕਾਰਨ ਹੋਰ ਵੀ ਨੇ ਲੇਕਿਨ ਮੁੱਖ ਕਾਰਨ ਜਿਹੜਾ 1982 ਤੋਂ ਲੈ ਕੇ 1994 ਤੱਕ ਜੋ ਹਾਲਾਤ ਪੰਜਾਬ ਦੇ ਖਰਾਬ ਰਹੇ ਉਹ ਇਹਦੇ ਵਾਸਤੇ ਜ਼ਿੰਮੇਵਾਰ ਨੇ।
ਸੋ ਇਹਨਾਂ ਹਾਲਾਤਾਂ ਚੋਂ ਵੀ ਗੁਜ਼ਰਦਿਆਂ ਹੋਇਆ ਫਿਰ 1997 'ਚ ਦੁਬਾਰਾ ਇਲੈਕਸ਼ਨ ਆਈ। ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਵੀ ਬਾਦਲ ਸਾਹਿਬ ਨੇ ਟਿਕਟ ਦਿੱਤੀ 1997 'ਚ। ਤੋ ਕਾਹਨੂੰਆਣ ਹਲਕਾ ਜੋ ਮੇਰੇ ਪਿਤਾ ਜੀ ਦਾ ਹਲਕਾ ਜੋ ਦੋ ਵਾਰ 1977 ਅਤੇ 1980 'ਚ ਉੱਥੋਂ ਜਿੱਤੇ ਸਨ, ਔਰ ਸਰਦਾਰ ਸਤਨਾਮ ਸਿੰਘ ਬਾਜਵਾ ਜੋ ਬੜੇ ਆਪਣੇ ਧਾਕੜ ਸਿਆਸਤਦਾਨ ਗਿਣੇ ਜਾਂਦੇ ਸਨ, ਇੱਥੋਂ ਤੱਕ ਉਹਨਾਂ ਦਾ ਮੰਨਣਾ ਸੀ ਕਿ ਸਰਦਾਰ ਸਤਨਾਮ ਸਿੰਘ ਹੁਣੀ ਇਹ ਕਹਿੰਦੇ ਸਨ ਕਿ ਮੈਂ ਪੰਜਾਬ ਦੀ ਕਿਸੇ ਵੀ ਅਸੈਂਬਲੀ ਸੀਟ ਤੋਂ ਖਲੋ ਜਾਵਾਂ ਤਾਂ ਮੈਨੂੰ ਕੋਈ ਹਰਾ ਨਹੀਂ ਸਕਦਾ। ਇਹੋ ਜਿਹੇ ਵਿਅਕਤੀ ਨੂੰ ਇੱਕ ਫਕੀਰ ਸਿਆਸਤਦਾਨ ਨੇ ਦੋ ਵਾਰ 1977 ਅਤੇ 1980 'ਚ ਉਹਨਾਂ ਨੂੰ ਹਰਾਇਆ। ਅਤੇ ਮੈਨੂੰ ਉਹ ਵੀ ਗੱਲ ਯਾਦ ਆ ਕਿ ਜਦੋਂ 1980 'ਚ 388 ਵੋਟਾਂ ਦੇ ਫਰਕ ਨਾਲ ਸਰਦਾਰ ਸਤਨਾਮ ਸਿੰਘ ਹੋਣੀ ਮੇਰੇ ਸਤਿਕਾਰਯੋਗ ਪਿਤਾ ਜੀ ਤੋਂ ਹਾਰੇ ਤਾਂ ਉਹਨਾਂ ਨੇ ਪਿਤਾ ਜੀ ਨੂੰ ਵਧਾਈ ਦਿੱਤੀ ਅਤੇ ਨਾਲ ਇਹ ਕਿਹਾ ਕਿ ਸੇਖਵਾਂ ਸਾਹਿਬ 77 'ਚ ਮੈਨੂੰ ਜਾਪਦਾ ਸੀ ਵੀ ਮੈਂ ਹਾਰ ਜਾਣਾ ਅਤੇ ਮੈਂ ਤੁਹਾਡੇ ਵਾਸਤੇ ਹਾਰ ਲੈ ਕੇ ਆਇਆ ਸਾਂ, ਅਤੇ ਇਸ ਵਾਰ ਮੈਂ ਹਾਰਨ ਨਹੀਂ ਸੀ ਆਇਆ, ਜਿੱਤਣ ਆਇਆ ਸਾਂ, ਅਤੇ ਮੈਂ ਹਾਰ ਨਹੀਂ ਲਿਆਂਦਾ, ਤੁਸੀਂ ਮੇਰੀ ਜ਼ਬਾਨੀ ਵਧਾਈ ਕਬੂਲ ਕਰ ਲਓ। ਅਤੇ ਪਿਤਾ ਜੀ ਨੇ ਕਿਹਾ, ਸਰਦਾਰ ਸੁਨਾਮ ਸਿੰਘ ਤੂੰ ਬੜੀ ਸਾਫ਼ ਗੋਹ ਗੱਲ ਕੀਤੀ ਆ, ਦਿਲ ਤੋਂ ਸਫਾਈ ਨਾਲ ਗੱਲ ਕੀਤੀ ਆ, ਅਤੇ ਮੈਂ ਵੀ ਤੈਨੂੰ ਦਿਲ ਦੀ ਸਫਾਈ ਨਾਲ ਇੱਕ ਰਾਏ ਦੇਣੀ ਚਾਹੁੰਦਾ। ਉਹ ਕਹਿੰਦਾ, ਜੈਕਰ ਜੀ ਦਿਓ। ਕਹਿੰਦੇ, ਦੁਨੀਆਂ ਦਾ ਇਤਿਹਾਸ ਆ ਵੀ ਜਿੱਥੇ ਪਾਤਸ਼ਾਹ ਅਤੇ ਫਕੀਰ ਦੀ ਲੜਾਈ ਹੋਏਗੀ ਉੱਥੇ ਅੱਜ ਤੱਕ ਕਦੀ ਪਾਤਸ਼ਾਹ ਨਹੀਂ ਜਿੱਤਿਆ, ਫਕੀਰ ਜਿੱਤਦਾ ਆ। ਮੇਰੇ ਵਰਗੇ ਫਕੀਰ ਨਾਲ ਮੁੜ ਕੇ ਇਲੈਕਸ਼ਨ ਨਾ ਲੜੀ ਜੇ ਤੂੰ MLA ਬਣਨਾ ਚਾਹੁੰਦਾ, ਤੇਰਾ ਅਤੇ ਮੇਰਾ ਫਕੀਰ ਅਤੇ ਪਾਤਸ਼ਾਹ ਵਾਲਾ ਮੁਕਾਬਲਾ ਆ, ਅਤੇ ਮੈਂ ਇਸ ਕਰਕੇ ਜੱਜਾਂ ਵੀ ਮੈਂ ਫਕੀਰ ਹਾਂ ਅਤੇ ਤੂੰ ਪਾਤਸ਼ਾਹ ਆ, ਜੇ ਮੁੜ ਕੇ ਅਸੈਂਬਲੀ ਲੜ ਕੇ ਜਿੱਤਣੀ ਚਾਹੁੰਦਾ ਅਤੇ ਫਿਰ ਮੇਰੇ ਵਰਗੇ ਫਕੀਰ ਨਾਲ ਇਲੈਕਸ਼ਨ ਨਾ ਲੜੀ। ਸੋ ਉਹਨਾਂ ਦੀ ਉਹ ਕਹੀ ਹੋਈ ਗੱਲ ਮੈਂ ਸਮਝਣਾ ਐਸੀ ਸੱਚ ਹੋਈ ਕਿ 1980 ਤੋਂ ਬਾਅਦ ਜਿੰਨਾ ਚਿਰ ਸਰਦਾਰ ਸੁਨਾਮ ਸਿੰਘ ਹੁਣੀ ਜਿਉਂਦੇ ਰਹੇ ਉਹ ਮੁੜ ਕੇ MLA ਨਹੀਂ ਬਣ ਸਕੇ, ਕੋਈ ਇਲੈਕਸ਼ਨ ਨਹੀਂ ਲੜ ਸਕੇ, ਅਤੇ ਮੁੜ ਕੇ ਉਹਨਾਂ ਦਾ ਵੀ ਕਤਲ ਹੋ ਗਿਆ ਅਤੇ ਉਹ ਇਸ ਦੁਨੀਆਂ ਤੋਂ ਜਾਂਦੇ ਰਹੇ।